ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਦੀ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਇਹ ਸਿੰਪਲ ਸੋਬਰ ਔਰ ਸੈਮੀ ਫੋਰਮਲ ਸੂਟ ਹੈਗੇ ਆ ਜੀ, ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਬਣਾ ਸਕਦੇ ਹੋ। ਇਹ ਔਰਡਰ ਦੇ ਹੀ ਜਿਹੜੇ ਸੂਟਸ ਹੈਗੇ ਆ ਮੈਂ ਤੁਹਾਨੂੰ ਦਿਖਾਉਂਦੀ ਹਾਂ। ਸੋ ਸਾਰੇ ਜਿਹੜੇ ਕਈਆਂ ਦੇ ਕੁਸ਼ਚਨ ਹੁੰਦੇ ਆ ਕਿ ਤੁਸੀਂ ਕਿਸ ਤਰ੍ਹਾਂ ਔਰਡਰ ਦੇ ਸੂਟ ਆ, ਉਹ ਇਹ ਸਾਰੇ ਜਿਹੜੇ ਸੂਟ ਆ ਮੈਂ ਡੇਲੀ ਵੀਡੀਓ ਸ਼ੇਅਰ ਕਰਦੀ ਹਾਂ। ਜਿਵੇਂ ਜਿਵੇਂ ਵੀ ਸਾਡਾ ਔਰਡਰ ਆ ਜਿਹੜਾ ਬਣ ਰਿਹਾ, ਅਸੀਂ ਸਿਰਫ ਔਰਡਰ ਦੇ ਸੂਟ ਹੀ ਸੇਲ ਕਰਦੇ ਹਾਂ, ਸਟੋਕ ਨਹੀਂ ਰੱਖਦੇ। ਸੋ ਪਿਕਚਰਸ ਦੀ ਕਾਫੀ ਕਸਟਮਰ ਆ ਜਿਹੜੇ ਡਿਮਾਂਡ ਕਰਦੇ ਆ, ਸੋ ਅਸੀਂ ਪਿਕਚਰਸ ਨਹੀਂ ਭੇਜ ਸਕਦੇ ਕਿਉਂਕਿ ਔਰਡਰ ਦੇ ਹੁੰਦੇ ਆ ਸੂਟਸ, ਔਰ ਅਸੀਂ ਜਿਵੇਂ ਵੀ ਔਰਡਰ ਬਣਦਾ ਚਲੇ ਜਾਂਦੇ ਆ। ਸੋ ਅਗਰ ਤੁਹਾਨੂੰ ਇਹ ਸੇਮ ਕਲਰ ਕੰਬੀਨੇਸ਼ਨ ਚਾਹੀਦੇ ਆ ਜੀ, ਤੁਸੀਂ ਸੇਮ ਔਰਡਰ ਕਰ ਸਕਦੇ ਹੋ। ਅਗਰ ਡਿਫਰੈਂਟ ਚਾਹੀਦੇ ਹੈਗੇ ਆ, ਤੁਸੀਂ ਆਪਣੀ ਕਿਸੇ ਚੋਇਸ 'ਤੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਲੱਗ ਆਪਣੀ ਚੋਇਸ 'ਤੇ ਬਣਾ ਸਕਦੇ ਹੋ। ਸੋ ਇਹ ਸੀ ਗ੍ਰੀਨ ਸ਼ੀਟ 'ਤੇ ਹੈ ਜੀ, ਜੋਰਜਟ ਦੇ ਵਿੱਚ ਹੀ ਬਣਿਆ ਹੋਇਆ, ਔਰ ਇਹ ਬਾਦਲਾਂ ਦਾ ਡਿਜ਼ਾਇਨ ਹੈ, ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ ਹੈ ਇਹ। ਇਹ ਦੇਖੋ ਬਾਦਲਾਂ ਦੇ ਫਲਾਰ ਬਣਦੇ ਹੈਗੇ ਆ, ਸਾਰੇ ਦੇ ਵਿੱਚ ਅਸੀਂ ਪਿੰਟੈਕਸ ਦਿੱਤੇ ਹੋਏ ਆ, ਪਿੰਟੈਕਸ ਦੇ ਵਿੱਚ ਜਿਹੜੀਆਂ ਬਾਦਲਾਂ ਦੀਆਂ ਲਾਈਨਸ ਦੇਖੋ, ਸਾਰਾ ਆਲ ਓਵਰ ਉੱਪਰ ਤੱਕ ਹੈ ਜਿਹੜਾ ਇਹਦੇ ਵਰਕ ਆ ਜਾਂਦਾ ਜੀ। ਬਾਦਲਾ ਵਰਕ ਹੈ ਜਿਹੜਾ ਇਹ ਥੋੜ੍ਹਾ ਜਿਹਾ ਜਿਵੇਂ ਸਲੋ ਹੁੰਦਾ ਹੈ, ਸੋ ਇਹਦੇ ਵਿੱਚ ਆ ਦੇਖੋ ਜਿਵੇਂ ਪੋਟਲੀ ਬਟਨ ਦਿੱਤੇ ਹੋਏ ਆ ਅਸੀਂ ਗੋਲਡਨ ਕਲਰ ਦੇ, ਔਰ ਬਾਜੂ 'ਤੇ ਇਸ ਤਰ੍ਹਾਂ ਦੀ ਪਾਈਪਿੰਗ ਦਿੱਤੀ ਹੋਈ ਹੈ। ਸੋ ਇਹਦੇ ਬੈਕ 'ਤੇ ਵੀ ਵਰਕ ਹੈ ਜੀ, ਇਹ ਦੇਖੋ ਚਾਰ ਜਿਹੜੀਆਂ ਲਾਈਨਸ ਅਸੀਂ ਪਾਈਆਂ ਸਾਰੇ ਸ਼ਰਟ ਦੇ ਵਿੱਚ, ਜਿਹੜੀਆਂ ਚਾਰ ਲਾਈਨ ਬਹੁਤ ਸਾਰੀ ਲਾਈਨਸ ਪਿੰਟੈਕਸ ਦੀਆਂ ਪਾਈਆਂ ਹੋਈਆਂ, ਔਰ ਸੈਂਟਰ 'ਚ ਅਸੀਂ ਬਾਦਲਾ ਵਰਕ ਦਿੱਤਾ ਹੋਇਆ। ਸੋ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ, ਤੁਸੀਂ ਡਾਰਕ ਸ਼ੇਡ 'ਤੇ ਵੀ ਕਰਾ ਸਕਦੇ ਹੋ ਕਿਉਂਕਿ ਜਿਹੜਾ ਬਾਦਲਾ ਵਰਕ ਹੈ ਜੀ ਇਹ ਡਾਰਕ ਸ਼ੇਡ 'ਤੇ ਵੀ ਵਧੀਆ ਲੱਗਦਾ ਹੈ ਕਿਉਂਕਿ ਗੋਲਡਨ ਸ਼ਾਈਨ ਵਾਲਾ ਹੈਗਾ, ਔਰ ਜਦੋਂ ਤੁਸੀਂ ਡਾਰਕ 'ਤੇ ਕਰਾਉਂਦੇ ਹੋ ਤਾਂ ਆਲਰੇਡੀ ਐਚ ਡੀ ਉਹਦੀ ਗ੍ਰੇਸ ਆਉਂਦੀ ਹੈ, ਕਿਉਂਕਿ ਇਹ ਲਾਈਟ 'ਤੇ ਵੀ ਬਹੁਤ ਹੀ ਵਧੀਆ ਗ੍ਰੇਸ ਹੁੰਦਾ ਹੈਗਾ। ਔਰ ਇਹਦੇ ਨਾਲ ਆ ਜੀ ਚਨੌਨ ਦਾ ਦੁਪੱਟਾ ਹੈ ਕਮਲ ਦਾ, ਔਰ ਇਹ ਦੇਖੋ ਅਸੀਂ ਬਹੁਤ ਹੀ ਪਿਆਰੀ ਜੀ ਲੇਸਿਸ ਦੇ ਕੇ ਇਹਨੂੰ ਵਰਕ ਨਾਲ ਦੀ ਫਿਨਿਸ਼ ਕੀਤਾ ਹੋਇਆ, ਔਰ ਦੁਪੱਟਾ ਜਿਹੜਾ ਜੀ ਅਸੀਂ ਬਹੁਤ ਵਧੀਆ ਵਾਲਾ ਹੀ ਯੂਜ਼ ਕਰਦੇ ਹਾਂ, ਕਮਲ ਚਨੌਨ ਦਾ ਦੁਪੱਟਾ ਹੁੰਦਾ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਕੁਸ਼ਚਨ ਆ ਡੇਲੀ ਇਸ ਤਰ੍ਹਾਂ ਦੇ ਹੁੰਦੇ ਆ ਕਿ ਤੁਸੀਂ ਕਿਵੇਂ ਦਾ ਸਟੱਫ ਯੂਜ਼ ਕਰਦੇ ਹੋ, ਔਰ ਸਟੱਫ ਵੀ ਹੈ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਹੋ ਹੀ ਜਾਂਦਾ। ਸੋ ਇਹ ਹੈਗਾ ਜੀ, ਇਹ ਪਿੰਕ ਸ਼ੀਟ 'ਤੇ ਬਣਿਆ ਹੋਇਆ। ਸੋ ਜਿਵੇਂ ਵੀ ਕਸਟਮਰ ਦੀ ਚੋਇਸ ਹੁੰਦੀ ਹੈ ਉਹਦੇ ਅਕੋਰਡਿੰਗ ਅਸੀਂ ਜਿਹੜਾ ਸੂਟ ਰੈਡੀ ਕਰਦੇ ਹਾਂ। ਇਹ ਦੇਖੋ ਇਹ ਜਿਵੇਂ ਪਿੰਕ 'ਤੇ ਹੈ, ਲਾਈਟ ਪਿੰਕ 'ਤੇ ਹੈ, ਨੀਚੇ ਅਸੀਂ ਆਰੀ ਦਾ ਬਾਰਡਰ ਦਿੱਤਾ, ਗੋਲਡਨ ਆਰੀ ਦਾ ਕੰਮ ਕੀਤਾ ਹੋਇਆ, ਵਿੱਚ ਅਸੀਂ ਜਿਹੜੇ ਕਲਰਫੁੱਲ ਆ ਸ਼ੇਡ ਦੇ ਫਲਾਰ ਦਿੱਤੇ ਹੋਏ ਆ, ਔਰ ਗਲੇ 'ਤੇ ਫੇਰ ਇਹਦੇ ਜਿਹੜੇ ਵਰਕ ਹੈਗਾ ਜੀ, ਇਹ ਦੇਖੋ, ਔਰ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਹੈ। ਔਰ ਬਾਜੂ 'ਤੇ ਵੀ ਇਹਦੇ ਇਸ ਤਰ੍ਹਾਂ ਡਿਜ਼ਾਈਨ ਦੀ ਸਿਮਿਟਰੀ ਬਣੀ ਹੋਈ ਹੈ ਦੇਖੋ, ਔਰ ਦੁਪੱਟੇ 'ਤੇ ਅਸੀਂ ਵਾਈਟ ਲੇਸ ਦਿੱਤੀ ਹੋਈ ਹੈ, ਜਿਵੇਂ ਇਹਦੇ ਵਾਈਟ ਜਿਹੜਾ ਵਰਕ ਹੈਗਾ, ਸੋ ਉਸ ਤਰ੍ਹਾਂ ਅਸੀਂ ਇਹਨੂੰ ਫਿਨਿਸ਼ ਕੀਤਾ ਹੋਇਆ। ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ, ਆਪਣੇ ਘੇਰੇ ਲੈਣ ਦੇ ਅਕੋਰਡਿੰਗ, ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਆ ਜਿਹੜਾ ਅਸੀਂ ਸੂਟ ਰੈਡੀ ਕਰਾਂਗੇ। ਸੋ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਸਕਦੇ ਹੋ ਜੀ, ਔਰ ਔਰਡਰ ਪਲੇਸ ਕਰਨ ਲਈ ਮੇਰਾ ਵਟਸਐਪ ਨੰਬਰ ਹੈਗਾ 7589231377 'ਤੇ ਜਾ ਕੇ ਤੁਸੀਂ ਕਿਸੇ ਵੀ ਬੈਕ ਵੀਡੀਓ ਦੇ ਵਿੱਚੋਂ ਵੀ ਸਕਰੀਨਸ਼ੋਟ ਭੇਜ ਸਕਦੇ ਹੋ। ਲਿੰਕ ਨਾ ਭੇਜਿਆ ਕਰੋ ਪਲੀਜ਼, ਸਕਰੀਨਸ਼ੋਟ ਭੇਜਿਆ ਕਰੋ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਲਿੰਕ ਦੇ ਅੰਦਰ ਜਾ ਕੇ ਪਹਿਲਾਂ ਵੀਡੀਓ ਚੈੱਕ ਕਰਾਂ ਫਿਰ ਮੈਂ ਤੁਹਾਨੂੰ ਪ੍ਰਾਈਜ਼ ਦੱਸਾਂ। ਸੋ ਤੁਸੀਂ ਲਿੰਕ ਭੇਜੋ, ਸੋਰੀ ਸਕਰੀਨਸ਼ੋਟ ਭੇਜੋ, ਔਰ ਮੈਂ ਤੁਹਾਨੂੰ ਪ੍ਰਾਈਜ਼ ਦੱਸ ਸਕਾਂ, ਦੈਨ ਤੁਹਾਨੂੰ ਪ੍ਰਾਈਜ਼ ਜਿਹੜਾ ਠੀਕ ਲੱਗਦਾ ਤੁਸੀਂ ਔਰਡਰ ਪਲੇਸ ਕਰ ਸਕਦੇ ਹੋ। ਔਰ ਔਰਡਰ ਦੀ ਜਿਹੜੀ ਟਾਈਮਿੰਗ ਹੈਗੀ ਹੈ ਜੀ, ਤੁਹਾਡੇ ਸੂਟ ਦੇ ਅਕੋਰਡਿੰਗ ਹੋਊਗੀ ਕਿ ਤੁਸੀਂ 4 ਸੂਟ ਦੇ ਰਹੇ ਹੋ, 5 ਦੇ ਰਹੇ ਹੋ, ਉਸ ਤਰ੍ਹਾਂ ਦੇ ਅਕੋਰਡਿੰਗ ਹੈ ਜਿਹੜਾ ਅਸੀਂ ਟਾਈਮ ਦਿੰਦੇ ਹਾਂ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਹਾਂਗੇ। ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ।
थैंक यू सो मच।